ਸਤਿ ਸ਼੍ਰੀ ਅਕਾਲ। ਸ਼ਾਨ ਪੰਜਾਬੀ ਮੀਡੀਆ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਇਹੋ ਜਿਹੇ ਯੁੱਧ ਦੀ ਗੱਲ ਕਰਾਂਗੇ ਜਿਸ ਨੇ ਸਿੱਖਾਂ ਦੇ ਦਿੱਖ ਨੂੰ ਉਹ ਪ੍ਰਸਿੱਧੀ ਦਿੱਤੀ ਜਿਸ ਨੂੰ ਸੁਣ ਕੇ ਹਰ ਇਨਸਾਨ ਦਾ ਮੂੰਹ ਅੱਡਿਆ ਦਾ ਅੱਡਿਆ ਰਹਿ ਜਾਂਦਾ। ਇੱਕ ਘਟਨਾ ਨੇ ਸਿੱਖਾਂ ਦੇ ਹੌਂਸਲੇ ਦੀ ਮਿਸਾਲ ਦੀ ਇੱਕ ਵੱਖਰੀ ਮਿਸਾਲ ਹੈ, ਸਾਰਾ ਗੜੀ ਦਾ ਯੁੱਧ। ਜਦੋਂ ਵੀ ਅਸੀਂ ਇੰਗਲੈਂਡ ਵਿੱਚ ਵਿਕਟਰੀ ਮਾਰਚ ਦੇਖਦੇ ਹਾਂ ਤਾਂ ਸਿੱਖਾਂ ਦੀ ਇੱਕ ਝਾਂਕੀ ਅਕਸਰ ਦੇਖਣ ਨੂੰ ਮਿਲਦੀ ਹੈ ਜੋ ਲੋਕਾਂ ਨੂੰ ਮਜਬੂਰ ਸੋਚਣ ਲਈ ਕਰ ਦਿੰਦੇ ਹੈ। ਆਖਿਰ ਹੋਇਆ ਕੀ ਸੀ? ਕਿਉਂ ਗੋਰੇ ਲੋਕ ਸਿੱਖਾਂ ਨੂੰ ਇੰਨਾ ਸਨਮਾਨ ਦਿੰਦੇ ਨੇ ਅਤੇ ਸਿੱਖਾਂ ਨੂੰ ਇੱਕ ਵਿਸ਼ੇਸ਼ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਵੀ ਦਿੱਤਾ ਗਿਆ ਸੀ? ਇਹ ਸੋਚਣ ਦੀ ਗੱਲ ਜ਼ਰੂਰ ਹੈ, ਇਹ ਜਾਣਨ ਦੀ ਵੀ ਗੱਲ ਜ਼ਰੂਰ ਹੈ, ਕਿਉਂਕਿ ਜਾਣਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਿੱਖਾਂ ਨੇ ਜਿੱਥੇ ਬਲੀਦਾਨ ਦਿੱਤਾ ਉੱਥੇ ਫਰਜ਼ਾਂ ਨੂੰ ਵੀ ਅਹਿਮੀਅਤ ਦਿੱਤੀ ਹੈ, ਜਿਸ ਦੀ ਇਹ ਸਭ ਤੋਂ ਵੱਡੀ ਮਿਸਾਲ ਹੈ। ਇਹ ਗੱਲ ਹੈ ਉਦੋਂ ਦੀ, ਸਾਰਾਗੜੀ ਦੀ ਲੜਾਈ 12 ਸਤੰਬਰ 1897 ਨੂੰ ਅਫਗਾਨ ਕਬੀਲਿਆਂ ਅਤੇ ਬ੍ਰਿਟਿਸ਼ ਭਾਰਤ ਦੀ 36ਵੀਂ ਸਿੱਖ ਰੈਜੀਮੈਂਟ ਵਿਚਕਾਰ ਲੜੀ ਗਈ ਸੀ। ਇਸ ਲੜਾਈ ਵਿੱਚ 21 ਸਿੱਖ ਜਵਾਨ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਲਗਭਗ 10,000 ਅਫਗਾਨ ਦੇ ਖਿਲਾਫ ਲੜੇ। ਇਹਨਾਂ ਸਿੱਖ ਸੂਰਮਿਆਂ ਨੇ ਬੇਹੱਦ ਹਿੰਮਤ ਅਤੇ ਬਲੀਦਾਨ ਦੀ ਮਿਸਾਲ ਕਾਇਮ ਕੀਤੀ। ਹਾਲਾਂਕਿ ਉਹ ਗਿਣਤੀ ਵਿੱਚ ਬਹੁਤ ਘੱਟ ਸਨ, ਪਰੰਤੂ ਉਹਨਾਂ ਨੇ ਅੰਤ ਤੱਕ ਦੀ ਲੜਾਈ ਕੀਤੀ, ਆਪਣਾ ਫਰਜ਼ ਨੂੰ ਪੂਰਾ ਨਿਭਾਇਆ। ਉਹਨਾਂ ਨੇ ਸਿੱਖ ਅਤੇ ਸਿੱਖੀ ਸਿਦਕ ਦੀ ਉਹ ਮਿਸਾਲ ਪੇਸ਼ ਕੀਤੀ ਕਿ ਸਾਰੀ ਦੁਨੀਆ ਨੇ ਉਹਨਾਂ ਨੂੰ ਸਜਦਾ ਕੀਤਾ। ਸਾਰਾਗੜੀ ਦੀ ਲੜਾਈ ਸਿੱਖ ਸਿਪਾਹੀਆਂ ਦੀ ਬਹਾਦਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਈ ਜੋ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ। ਫਰਜ਼ ਅਤੇ ਸੂਰਮਾ ਗਤੀ ਦੇ ਇਸ ਯੁੱਧ ਬਾਰੇ ਬਹੁਤ ਕੁਛ ਹੈ ਜਿਸ ਨੂੰ ਜਾਣਨਾ ਹਰੇਕ ਲਈ ਜ਼ਰੂਰੀ ਵੀ ਹੈ, ਕਿਉਂਕਿ ਸਿੱਖ ਅਤੇ ਸਿੱਖ ਦੀ ਮਹਾਨਤਾ, ਧਰਮ ਦੇ ਫਲਸਫੇ ਦੀ ਮਹਾਨਤਾ, ਗੁਰੂਆਂ ਪੀਰਾਂ ਦੀ ਸ਼ਰਨ 'ਚ ਜਾ ਕੇ ਅਰਦਾਸ ਕਰਨ ਵਾਲੀ ਉਹ ਕੌਮ ਜੋ ਪਰਮਾਤਮਾ ਨੂੰ ਹਰ ਸਮੇਂ ਸਹਾਈ ਹੁੰਦੀ ਹੈ, ਉਸ ਵਿੱਚ ਇੱਕ ਬਹੁਤ ਵੱਡੀ ਮਿਸਾਲ ਸੀ ਬਹਾਦਰੀ ਦੀ, ਸੁਰਮਾ ਗਤੀ ਦੀ। ਕਿਉਂਕਿ ਜਦੋਂ ਵੀ ਲੋਕ ਮੌਤ ਨੂੰ ਦੇਖਦੇ ਨੇ ਚਾਹੇ ਜਿੰਨਾ ਮਰਜ਼ੀ ਬਹਾਦਰ ਬੰਦਾ ਭੱਜ ਕੇ ਰਨ ਛੱਡ ਜਾਂਦਾ, ਪਰੰਤੂ ਇਹ ਇੱਕ ਇਹੋ ਜਿਹਾ ਯੁੱਧ ਹੈ ਜਿਸ ਨੇ ਬਹੁਤ ਕੁਛ ਇਹੋ ਜਿਹਾ ਪੇਸ਼ ਕੀਤਾ ਜੋ ਕਿ ਸਾਰਾਗੜੀ ਦੇ ਯੁੱਧ ਨਾਲ ਪ੍ਰਮਾਣਿਤ ਕੀਤਾ ਕਿ ਸਿੱਖ ਇਤਿਹਾਸ ਹਮੇਸ਼ਾ ਹੀ ਸੂਰਵੀਰਤਾ ਅਤੇ ਗੌਰਵਮਈ ਰਿਹਾ ਹੈ। ਅਤੇ ਇਸ ਬਾਰੇ ਕੁਛ ਹੋਰ ਜਾਣਨ ਲਈ ਆਓ ਅੱਗੇ ਵੱਧਦੇ ਹਾਂ। ਸਾਰਾਗੜੀ ਸਮਾਣਾ ਰੇਂਜ ਤੋਂ ਕਿਤੇ ਕੁਹਾੜ ਦੇ ਸਰਿੱਧ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਸੀ ਜੋ ਬ੍ਰਿਟਿਸ਼ ਭਾਰਤ ਮੌਜੂਦਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦ ਸੂਬੇ ਵਿੱਚ ਸਥਿਤ ਹੈ। 20 ਅਪ੍ਰੈਲ 1894 ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਦਾ 36ਵਾਂ ਸਿੱਖ ਕਰਨਲ ਜੇ ਕੁੱਕ ਦੀ ਕਮਾਂਡ ਹੇਠ ਬਣਾਇਆ ਗਿਆ ਸੀ। ਪੂਰੀ ਤਰ੍ਹਾਂ ਜੱਟ ਸਿੱਖਾਂ ਨਾਲ ਬਣਾਇਆ ਗਿਆ ਸੀ। 1897 ਵਿੱਚ ਲੈਫਟੀਨੈਂਟ ਕਰਨਲ ਜੌਨ ਹਟਨ ਦੀ ਅਗਵਾਈ ਵਿੱਚ 36ਵੇਂ ਸਿੱਖਾਂ ਦੀ 5 ਕੰਪਨੀ ਬ੍ਰਿਟਿਸ਼ ਭਾਰਤ ਦੇ ਉੱਤਰੀ ਪੱਛਮੀ ਸਰਹੱਦੀ ਵਿੱਚ ਭੇਜੀ ਗਈ ਸੀ। ਸਮਾਣਾ ਪਹਾੜੀਆਂ, ਕੁਰਗ, ਸੰਗਰ, ਸਹਿਤੋਪਧਾਰ ਸਾਰਾਗੜੀ ਵਿਖੇ ਤੈਨਾਤ ਸਨ। ਅੰਗਰੇਜ਼ ਅੰਸ਼ਕ ਤੌਰ 'ਤੇ ਇਸ ਅਸਥਿਰ ਤੌਰ 'ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ,
ਪਰ ਕਵਾਇਨ ਪਸ਼ਤੂਨ ਸਮੇਂ-ਸਮੇਂ ਤੋਂ ਬ੍ਰਿਟਿਸ਼ ਕਰਮਚਾਰੀਆਂ 'ਤੇ ਹਮਲੇ ਕਰਦੇ ਰਹੇ। ਇਸ ਤਰ੍ਹਾਂ ਕਿਲ੍ਹਿਆਂ ਦੀ ਇੱਕ ਲੜਾਈ ਸੀ ਲੜੀ ਸੀ ਜੋ ਅਸਲ ਵਿੱਚ ਸਿੱਖ ਸਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਈ ਗਈ ਸੀ, ਨੂੰ ਮਜ਼ਬੂਤ ਕੀਤਾ ਗਿਆ ਸੀ। ਦੋ ਕਿਲ੍ਹੇ ਫੋਰਟ ਲਾਕਹਾਰਟ ਹਿੰਦੂ ਕਸ਼ ਪਹਾੜਾਂ ਦੀ ਸਮਾਣਾ ਰੇਂਜ 'ਤੇ ਕਿਲ੍ਹਾ ਗੁਲਸਤਾਨ ਸੁਲੇਮਾਨ ਰੇਂਜ ਜੋ ਕਿ ਕੁਝ ਮੀਲ ਦੀ ਦੂਰੀ 'ਤੇ ਸਥਿਤ ਸੀ। ਕਿਲ੍ਹਿਆਂ ਦੇ ਇੱਕ ਦੂਜੇ ਨੂੰ ਦਿਖਾਈ ਨਾ ਦੇਣ ਕਾਰਨ ਸਾਰਾਗੜੀ ਨੂੰ ਹੈਲੋਗ੍ਰਾਫਿਕ ਸੰਚਾਰ ਪੋਸਟ ਦੇ ਰੂਪ ਵਿੱਚ ਅੱਧ ਵਿਚਕਾਰ ਬਣਾਇਆ ਗਿਆ ਸੀ। ਸਾਰਾਗੜੀ ਚੌਂਕੀ ਇੱਕ ਚਟਾਨੀ ਪਹਾੜੀ 'ਤੇ ਸਥਿਤ ਸੀ ਜਿਸ ਵਿੱਚ ਇੱਕ ਛੋਟਾ ਜਿਹਾ ਬਲਾਕ ਹਾਊਸ ਸੀ ਜਿਸ ਵਿੱਚ ਲੂਪ ਹੋਲਡ ਰੈਂਪਾਰਟ ਅਤੇ ਸਿਗਨਲ ਟਾਵਰ ਸੀ। ਅਫਗਾਨਾਂ ਦੁਆਰਾ 1897 ਵਿੱਚ ਇੱਕ ਆਮ ਵਿਦਰੋਹ ਸ਼ੁਰੂ ਕਰ ਦਿੱਤਾ ਗਿਆ। 27 ਅਗਸਤ ਅਤੇ 11 ਸਤੰਬਰ ਦੇ ਵਿਚਕਾਰ ਪਸ਼ਤੂਨਾਂ ਦੁਆਰਾ ਕਿਲ੍ਹਿਆਂ ਉੱਤੇ ਕਬਜ਼ਾ ਕਰਨ ਦੀ ਬਹੁਤ ਸਾਰੀਆਂ ਜ਼ੋਰਦਾਰ ਕੋਸ਼ਿਸ਼ਾਂ ਨੂੰ 36ਵੇਂ ਸਿੱਖ ਦੁਆਰਾ ਅਸਫਲ ਕਰ ਦਿੱਤਾ ਗਿਆ। 1897 ਵਿੱਚ ਵਿਦਰੋਹੀਆਂ ਅਤੇ ਦੁਸ਼ਮਣੀ ਦੀ ਗਤੀਵਿਧੀਆਂ ਵੱਧ ਰਹੀਆਂ ਸਨ ਅਤੇ 3 ਅਤੇ 9 ਸਤੰਬਰ ਨੂੰ ਅਫਰੀਦੀ ਕਬੀਲਿਆਂ ਨੇ ਅਫਗਾਨ ਨਾਲ ਗੱਠਜੋੜ ਕਰਕੇ ਕਿਲ੍ਹੇ ਗੁਲਸਤਾਨ 'ਤੇ ਹਮਲਾ ਕਰ ਦਿੱਤਾ। ਦੋਵੇਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਫੋਰਟ ਲਾਕਹਾਰਟ ਤੋਂ ਇੱਕ ਰਾਹਤ ਕਾਲਮ ਇਸ ਦੀ ਵਾਪਸੀ ਯਾਤਰਾ 'ਤੇ ਸਾਰਾਗੜੀ ਵਿਖੇ ਤੈਨਾਤ ਸਿਗਨਲ ਡਿਟੈਚਮੈਂਟ ਨੂੰ ਮਜ਼ਬੂਤ ਕੀਤਾ ਗਿਆ। ਇਸ ਦੀ ਤਾਕਤ ਨੂੰ 3 ਗੈਰ ਲੈਂਡ ਕਮਿਸ਼ਨ ਅਫਸਰ 18 ਹੋਰ ਤੱਕ ਵਧਾ ਦਿੱਤਾ ਗਿਆ ਅਤੇ ਇਹ ਅਨਮੋਲ ਜੰਗ ਹੁੰਦੀ ਹੈ। ਜੰਗ ਜ਼ਬਰਦਸਤ ਹੁੰਦੀ ਹੈ ਅਤੇ ਜੰਗ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਇਹੋ ਜਿਹੀ ਲੜਾਈ ਹੁੰਦੀ ਹੈ ਜਿਸ ਨੂੰ ਦੁਨੀਆ ਯਾਦ ਰੱਖਦੀ ਹੈ। 21 ਸਿੱਖ ਜਵਾਨ ਅਤੇ 10,000 ਅਫਗਾਨ ਆਮੋ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ ਨਾਲ ਇਹ ਨੌਜਵਾਨ ਸਿੱਖ ਨੌਜਵਾਨਾਂ ਨੇ ਆਖਰ ਬਹੁਤ ਟਾਕਰਾ ਕੀਤਾ। ਇਹਨਾਂ ਨੇ ਲੜਾਈ ਨੂੰ ਅੰਤ ਤੱਕ ਲੜਿਆ ਅਤੇ ਅਫਗਾਨਾਂ ਨੂੰ ਭਜਾ ਕੇ ਦਮ ਦਿੱਤਾ, ਪ੍ਰੰਤੂ ਤਦ ਤੱਕ 21 ਜਿਹੜੇ ਸਿੱਖ ਜਵਾਨ ਸਨ ਉਹਨਾਂ ਨੇ ਸ਼ਹਾਦਤ ਦਾ ਜਾਮਾ ਪੀ ਲਿਆ। ਇਹ ਕਹਾਣੀ ਅੱਜ ਵੀ ਦੁਨੀਆ ਨੂੰ ਆਪਣੇ ਆਪ ਨਾਲ ਜੋੜਦੀ ਹੈ। ਇਸ ਦੀ ਮਿਸਾਲ ਸਾਨੂੰ ਹਮੇਸ਼ਾ ਕਰਦੀ ਹੈ ਕਿਉਂਕਿ ਦੁਨੀਆ ਹਮੇਸ਼ਾ ਬਹਾਦਰ ਸੁਰਮਾਗਤੀ ਦੀਆਂ ਕਹਾਣੀਆਂ ਅੱਗੇ ਸੀਸ ਨਿਵਾਉਂਦੀ ਗਈ ਹੈ। ਸਾਰਾਗੜੀ ਦਾ ਯੁੱਧ ਵੀ ਅੱਜ ਇਸੇ ਤਰ੍ਹਾਂ ਦਾ ਹੈ ਜਿਸ ਨੂੰ ਇੰਗਲੈਂਡ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਹੈ, ਪੂਰੇ ਵਰਲਡ ਦੇ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਹਮੇਸ਼ਾ ਹੀ ਉਹਨਾਂ ਅੱਗੇ ਸ਼ਹੀਦਾਂ ਅੱਗੇ ਸਿਰ ਝੁਕਦੇ ਰਹਿਣਗੇ। ਸਾਡੀ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗੀ ਦੱਸਿਓ ਜ਼ਰੂਰ। ਸਾਡੀ ਕੋਸ਼ਿਸ਼ ਲਗਾਤਾਰ ਰਹਿੰਦੀ ਹੈ ਕਿ ਅਸੀਂ ਸਭ ਨੂੰ ਅਮੀਰ ਵਿਰਸੇ ਨਾਲ ਜੋੜਨ ਲਈ ਬਹਾਦਰੀ ਅਤੇ ਤਿਆਗ ਭਰੀ ਗਾਥਾਵਾਂ ਅਤੇ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤਾਂ ਜੋ ਅਸੀਂ ਆਪਣੇ ਮਹਾਨ ਵਿਰਸੇ ਨਾਲ ਜੁੜੇ ਰਹੀਏ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸ਼ਾਨ ਪੰਜਾਬੀ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ। ਧੰਨਵਾਦ।